हेलो स्टूडेंट्स वेलकम यू ऑल ऑन सीबीएसई ऑनलाइन प्लेटफॉर्म स्टूडेंट्स आज अपन बात करने जा रहे हैं जी अपनी एसएसटी मास्टर क्लास दे नेक्स्ट क्लास वे जिस ਵਿੱਚ ਆਪਾਂ ਇੰਪੋਰਟੈਂਟ 20 ਕੁਐਸਚਨ ਡਿਸਕਸ ਕਰਾਂਗੇ ਇੰਡੀਅਨ ਪੋਲੀਟੀ ਦਾ ਠੀਕ ਹੈ ਜੀ ਜਿੰਨਾ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ आवर YouTube ਚੈਨਲ ਠੀਕ ਹੈ ਚਲੋ स्टूडेंट्स ਆਪਾਂ ਗੱਲ ਕਰਦੇ ਆਂ ਅੱਜ ਦੇ ਸੈਸ਼ਨ ਦੀ ਅੱਜ ਦੇ ਸੈਸ਼ਨ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਨੇ ਤਾਂ ਜੀ ਫਰਸਟ ਕੁਐਸਚਨ ਦੀ ਗੱਲ ਕਰਨੀ ਹੈ ਫਰਸਟ ਕੁਐਸਚਨ ਰਿਗਾਰਡਿੰਗ ਕਿਸ ਦੇ ਰਿਗਾਰਡਿੰਗ ਹੈ ਫਰਸਟ ਕੁਐਸਚਨ ਕਾਫੀ ਜਿਆਦਾ ਇੰਪੋਰਟੈਂਟ ਹੈ ਫਰਸਟ ਕੁਐਸਚਨ ਫਰਸਟ ਕੁਐਸਚਨ ਜੋ ਹੈਗਾ ਉਹ ਆਪਣਾ ਹੈਗਾ ਫਰਸਟ ਲਾ ਆਫ ਲਾ ਆਫਸਰ ਦੇ ਉੱਪਰ ਠੀਕ ਹੈ ਜੀ ਜੋ ਇੰਡੀਆ ਦਾ ਫਰਸਟ ਲਾ ਆਫਸਰ ਹੁੰਦਾ ਉਹ ਕਿਸ ਨੂੰ ਕਿਹਾ ਜਾਂਦਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿਸ ਨੂੰ ਕਿਹਾ ਜਾਂਦਾ ਰਾਜੇ ਔਟਰਨੀ ਜਨਲ ਆ ਔਟਰਨੀ ਜਨ ਨੂੰ ਕਿਹਾ ਜਾਂਦਾ ਰਾਜੇ ਠੀਕ ਹੈ ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਦੂਸਰਾ ਇਨ ਦੇ ਰਿਲੇਟਡ ਕੁਐਸਚਨ ਕੀ ਬੰਦਾ ਇਹ ਕਿਹੜੇ ਆਰਟੀਕਲ ਹੈ ਅਗਰ ਆਰਟੀਕਲ ਦੀ ਆਪਾਂ ਗੱਲ ਕਰਾਂਗੇ ਰਾਜੀ ਆਰਟੀਕਲ ਤੁਸੀਂ ਧਿਆਨ ਚ ਰੱਖਣਾ ਹੈ ਆਰਟੀਕਲ ਨੰਬਰ 676 ਆਰਟੀਕਲ ਨੰਬਰ ਕਿਹੜਾ ਹੈ 76 ਠੀਕ ਰਾਜੇ ਤਾਂ ਇੱਕ ਹੀ ਹੁੰਦਾ ਇਹ ਹੁੰਦਾ ਚੀਫ ਲੀਗਲ ਐਡਵਾਈਜ਼ਰ ਕੀ ਹੁੰਦਾ ਇਹ ਰਾਜੇ ਚੀਫ ਲੀਗਲ ਐਡਵਾਈਜ਼ਰ ਆਫ ਇੰਡੀਆ ਠੀਕ ਹੈ ਰਾਜੇ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਦੂਸਰਾ ਚੀਜ਼ ਕੀ ਹੁੰਦਾ ਇਹ ਇਹ ਹੁੰਦਾ ਕੀ ਹੁੰਦਾ ਪ੍ਰਾਇਮਰੀ ਲੋਅਰ ਪ੍ਰਾਇਮਰੀ ਲਾਇਰ ਹੁੰਦਾ ਆਪਣਾ ਠੀਕ ਹੈ ਜੀ ਲਾਇਰ ਆਫ ਲਾਇਰ ਇਨ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਵਿੱਚ ਇਹ ਪ੍ਰਾਇਮਰੀ ਲਾਇਰ ਹੁੰਦਾ ਰਾਜੇ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅਟਰਨੀ ਜਨਰਲ ਦੇ ਬਾਰੇ ਅਟਰਨੀ ਐਡ ਪ੍ਰੈਜ਼ੈਂਟ ਅਟਰਨੀ ਜਨਰਲ ਕੌਣ ਹੈ ਆਪਣੇ ਕੋਲ ਕੇ ਕੇ ਵਿਨੂ ਗੁਪਾਲ ਕੌਣ ਹੈ ਆਪਣੇ ਕੋਲ ਕੇ ਕੇ ਵਿਨੂ ਗੁਪਾਲ ਕੀ ਕੇ ਕੇ ਵੀਨੂ ਗੋਪਾਲ ਜੀ ਨੇ ਠੀਕ ਹੈ 15ਵੇਂ ਅਟਾਰਨੀ ਜਰਨਲ ਦੇ ਆਪਣੇ ਕੋਲ ਐਸਟੈਂਟ ਤਾਂ ਤੁਸੀਂ ਸਾਰਿਆਂ ਨੇ ਇੰਪੋਰਟੈਂਟ ਜਾ ਰੱਖਣੀਆਂ ਨੇ ਠੀਕ ਹੈ ਜੀ ਆਰਟੀਕਲ 76 ਵਿੱਚ ਇਸ ਤੋਂ ਇਲਾਵਾ ਚੀਫ ਲੀਗਲ ਐਡਵਾਈਜ਼ਰ ਹੁੰਦਾ ਹੈ ਜਾਂ ਆਪਾਂ ਕਹਿ ਦੋ ਵੀ ਪ੍ਰਾਇਮਰੀ ਲਾਇਰ ਹੁੰਦਾ ਠੀਕ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਤਾਂ ਇਸ ਟਾਈਮ ਆਪਣਾ ਕੌਣ ਹੈ ਇਸ ਟਾਈਮ ਕੇ ਕੇ ਵੀਨੂ ਗੋਪਾਲ ਜੀ ਨੇ 15ਵੇਂ ਰਾਜ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਕੀ ਹੈ ਇਨੂੰ ਅਪਾਇੰਟ ਕੌਣ ਕਰਦਾ ਹੈ ਹੁਣ ਅਪਾਇੰਟ ਦੀ ਗੱਲ ਆ ਜੀ ਅਪਾਇੰਟ ਕੌਣ ਕਰੇਗਾ ਜੀ ਅਪਾਇੰਟ ਕਰੇਗਾ ਆਪਣਾ ਇੰਡੀਅਨ ਪ੍ਰੈਜ਼ੀਡੈਂਟ ਆਪਣਾ ਇੰਡੀਅਨ ਪ੍ਰੈਜ਼ੀਡੈਂਟ ਕੌਣ ਨੇ ਜੀ ਰਾਮਨਾਥ ਕੋਮ ਜੀ ਰਾਮਨਾਥ ਕੋਮ ਜੀ ਨੂੰ ਅ ਕੀ ਕਰਨਗੇ ਅਪਾਇੰਟ ਕਰਨਗੇ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਤੇ ਆਪਾਂ ਗੱਲ ਕਰੀਏ ਇੰਪੋਰਟੈਂਟ ਕੁਐਸਚਨ ਹੈ ਆਪਣਾ ਅਗਲਾ ਕੁਐਸਚਨ ਵੀ ਹੂ ਐਡਵਾਈਸ ਦਾ ਗਵਰਨਮੈਂਟ ਟੂ ਇੰਡੀਆ ਔਨ ਲੀਗਲ ਮੈਟਰਸ ਹੁਣ ਲੀਗਲ ਮੈਟਰ ਹੁਣ ਆਪਣਾ ਜੋ ਔਟਰਨੀ ਜਨਰਲ ਸੀ ਔਟਰਨੀ ਜਨਰਲ ਕੀ ਸੀ ਆਪਣਾ ਚੀਫ ਇਸਰਾ ਇਹ ਚੀਫ ਲੀਗਲ ਅਫਸਰ ਲੀਗਲ ਐਡਵਾਈਜ਼ਰ ਚੀਫ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਕੀ ਕਰਦਾ ਐਡਵਾਈਸ ਦਿੰਦਾ ਸਰਕਾਰ ਨੂੰ ਹਣਾ ਸਰਕਾਰ ਨੂੰ ਮੈਟਰਸ ਐਡਵਾਈਸ ਦਿੰਦਾ ਕੌਣ ਦਿੰਦਾ ਅਟਾਰਨੀ ਜਨਰਲ ਦਿੰਦਾ ਅਟਾਰਨੀ ਜਨਰਲ ਮੀਨਸ ਆਪਣਾ ਸ਼੍ਰੀ ਵੀ ਕੇ ਕੇ ਵਿਨੂ ਗਪਾਲ ਕੀ ਕੇ ਵਿਨੂ ਗਪਾਲ ਜੀ ਇਹ ਕੀ ਹੁੰਦੇ ਨੇ ਇਹ ਆਪਾਂ ਨੂੰ ਐਡਵਾਈਸ ਦਿੰਦੇ ਨੇ ਠੀਕ ਹੈ ਲੀਗਲ ਤੌਰ ਤੇ ਸਰਕਾਰ ਨੂੰ ਐਡਵਾਈਸ ਦਿੰਦੇ ਨੇ ਨੈਕਸਟ ਕੁਐਸਚਨ ਨੇ ਆਪਾਂ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕੀ ਹੈ ਜੀ ਤਾਂ ਇੱਕ ਨੈਕਸਟ ਕੁਐਸਚਨ ਹੈ ਉਹਨਾਂ ਕਿ ਐ ਵੀ ਪੂਰੇ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਕੋਰਟਸ ਨੇ ਭਾਵੇਂ ਆਪਣੇ ਇੰਡੀਆ 'ਚ ਹਾਈ ਕੋਰਟਸ ਨੇ ਹੈਗੀਆਂ राजे ਠੀਕ ਹੈ ਇੱਕ ਆਪਣੇ ਕੋਲ ਸੁਪਰੀਮ ਕੋਰਟ ਹੈਗੀ ਹੈ ਸੇ ਸੁਪਰੀਮ ਕੋਰਟ ਹੈਗੀ ਐ ਇੱਕ ਸੁਪਰੀਮ ਕੋਰਟ ਐ ਬਾਕੀ ਜਿੰਨੀਆਂ ਵੀ ਹਾਈ ਹਾਈ ਕੋਰਟਸ ਨੇ ਸਟੇਟਸ ਦੀਆਂ ਜਾਂ ਯੂਟੀਸ ਦੀਆਂ ਠੀਕ ਹੈ ਉਹਨਾਂ ਦੇ ਵਿੱਚ ਇੱਕ ਆਡੀਅנס ਤੌਰ ਤੇ ਕੌਣ ਬੈਠ ਸਕਦਾ ਹੈ ਆਡੀਅנס ਮੀਨਸ ਇੱਕ ਕਹਿ ਦੋ ਵੀ ਇੱਕ ਉਹ ਬੰਦਾ ਜੋ ਕਿ ਕਾਮਨ ਹੋਵੇ ਜੋ ਇੱਕ ਆਡੀਅנס ਤੌਰ ਤੇ ਸਾਰੀਆਂ ਕੋਰਸ ਦੀ ਜੋ ਹੁੰਦੀ ਹੈ ਕਾਰਵਾਈ ਸੁਣ ਸਕਦਾ ਉਹ ਕੌਣ ਹੁੰਦਾ ਆਪਣੇ ਕੋਲ ਅਟਾਰਨੀ ਜਨਰਲ ਕੌਣ ਦਰਾਜੀ ਅਟਾਰਨੀ ਜਨਰਲ ਹੁੰਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਕੌਣ ਆਪਣੇ ਕੋਲ ਕੇ ਕੇ ਵੀਨੂ ਗੋਪਾਲ ਜੀ ਠੀਕ ਹੈ ਨਾ ਜੀ ਤੁਸੀਂ ਗੱਲ ਯਾਦ ਰੱਖ ਲੈਣੀ ਹੈ ਨੈਕਸਟ ਕੁਐਸਚਨ ਦੇ ਆਪਾਂ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕੀ ਹੈਗਾ ਤਾਂ ਉਸ ਆਫੀਸਰ ਵਿਚ ਆਫੀਸਰ ਵਿਚ ਆਫੀਸਰ ਆਫ ਦਾ ਗਵਰਨਮੈਂਟ ਹੁਣ ਸਰਕਾਰ ਦਾ ਕਿਹੜਾ ਆਫੀਸਰ ਹੈਗਾ ਜਿਸ ਨੂੰ ਅਧਿਕਾਰ ਹੈਗਾ ਕੀ ਅਧਿਕਾਰ ਹੈਗਾ ਟੂ ਟੇਕ ਪਾਰਟ ਇਨ ਪ੍ਰोसीडिंग ਆਫ ਪਾਰਲੀਮੈਂਟ ਮੀਨਸ ਇੰਡੀਅਨ ਪਾਰਲੀਮੈਂਟ ਦੀ ਪ੍ਰोसीडिंग ਦੇ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈਗਾ ਬਟ ਈਵਨ ਹੀ ਇਜ਼ ਨਾਟ ਮੈਂਬਰ ਬਟ ਮੈਂਬਰ ਨਹੀਂ ਹੈਗਾ ਇੰਦੇ ਚ ਆਪਾਂ ਗੱਲ ਗੱਲ ਕਰਾਂਗੇ ਆ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੂੰ ਅਧਿਕਾਰ ਨਹੀਂ ਹੈਗਾ ਜੀ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਚਾਨਕੀ ਦੀ ਬੈਠ ਸਕਦਾ ਨਾ ਉਹ ਕਾਰਵਾਈ ਨਹੀਂ ਸੁਣ ਸਕਦੇ ਕੈਗ ਨੂੰ ਲਾਉਣ ਲਾਉਣੀ ਹੈਗਾ ਠੀਕ ਹੈ ਰਾਈਟ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਰਾਈਟ ਨਹੀਂ ਹੈਗਾ ਕਿਹਨੂੰ ਰਾਈਟ ਹੈ ਅਟਰਨੀ ਜਨਰਲ ਆਫ ਇੰਡੀਆ ਅਟਰਨੀ ਜਨਰਲ ਆਫ ਇੰਡੀਆ ਨੂੰ ਰਾਈਟ ਹੈ ਵੀ ਤੁਸੀਂ ਆਪਣੇ ਆ ਕੇ ਬੈਠ ਸਕਦੇ ਹੋ ਕਾਰਵਾਈ ਸੁਣ ਸਕਦੇ ਹੋ ਪਾਰਲੀਮੈਂਟ ਦੀ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਸਲਸ नै नैक्सट क्वेश्चन की है अटोर्नी जनरल तो सैकंड पोस्ट की होंगी है सुलस्टर जनरल जर्रा। सुलस्टर जनरल एस टाइम कौन ने पहला तो एक क्वेश्चन बनता है पहली गल इन, इनकी बोलते हैं सैकंड लॉ ऑफिसर की है जी सैकंड लॉ ऑफिसर जो अटर्नी जनरल फर्स्ट लॉ ऑफिसर एक की सैकेंड लॉ ऑफिसर ऑफ उफ इंडिया सैकंड लॉ ऑफिसर ऑफ उफ इंडिया ये यारतक लॉ ऑफिस लॉ ऑफिसर ने राजे ठीक है राजे इस अलावा ਮੇਨਲੀ ਜਿਹੜਾ ਹੈਗਾ ਇਸ ਟਾਈਮ ਆਪਣੇ ਕੋਲ ਕੌਣ ਨਹੀਂ ਆਪਣੇ ਕੋਲ ਹੈਗੇ ਨੇ ਤੁਸ਼ਾਰ ਮਹਿਤਾ ਤੁਸ਼ਾਰ ਮਹਿਤਾ ਜੀ ਕੀ ਨੇ ਆਪਣੇ ਕੋਲ ਸਲੈਸਟਰੀ ਜਨਰਲ ਨੇ ਠੀਕ ਹੈ ਜੀ ਤਾਂ ਇਹ ਕੀ ਹੁੰਦੇ ਨੇ ਸੈਕਿੰਡ ਨੰਬਰ ਤੇ ਇਹਨਾਂ ਦੀ ਪੋਸਟ ਹੁੰਦੀ ਹੈ ਠੀਕ ਹੈ ਇਹ ਇਹ ਰਿਪੋਰਟ ਕਿਹਨੂੰ ਕਰਦੇ ਨੇ ਅਟਾਰਨੀ ਜਨਰਲ ਨੂੰ ਰਿਪੋਰਟ ਕਰਦੇ ਨੇ ਠੀਕ ਹੈ ਜੀ ਤਾਂ ਇਹ ਕੀ ਹੁੰਦਾ ਇਹ ਲੀਗਲ ਐਡਵਾਈਜ਼ਰ ਹੁੰਦੇ ਨੇ ਜਾਂ ਜਾਂ ਐਡਵਾਈਜ਼ਰ ਟੂ ਦਾ ਪੀਮ ਹੁੰਦੇ ਨੇ ਜਾਂ ਇਹ ਲਾਅ ਆਫਸਰ ਹੁੰਦੇ ਨੇ ਜੋ ਐਡਵਾਈਜ਼ਿੰਦੇ ਨੇ ਪ੍ਰੈਜ਼ੀਡੈਂਟ ਨੂੰ ਕੀ ਹੁੰਦੇ ਨੇ ਤਾਂ ਛੇਵੇਂ ਕੁਐਸਚਨ ਦਾ ਆਨਸਰ ਕੀ ਆਵੇਗਾ ਜੀ ਛੇਵੇਂ ਕੁਐਸਚਨ ਆਵੇਗਾ ਬੀ ਆਨਸਰ ਆਵੇਗਾ ਮੇਨਲੀ ਕੀ ਹੁੰਦੇ ਨੇ ਇਹ ਲੀਗਲ ਆਫ ਐਡਵਾਈਜ਼ਰ ਹੁੰਦੇ ਨੇ ਮੀਨਸ ਕਹਿਣ ਦਾ ਮਤਲਬ ਹੈਗਾ ਇਹ ਕਿ ਇਹ ਸੈਕੰਡ ਲੀਗਲ ਐਡਵਾਈਜ਼ਰ ਆਫ ਇੰਡੀਆ ਠੀਕ ਹੈ ਇਫ ਇੰਡੀਆ ਲੀਗਲ ਐਡਵਾਈਜ਼ਰ ਆਫ ਇੰਡੀਆ ਨੇ ਠੀਕ ਹੈ ਤਾਂ ਚਲੋ ਨੈਕਸਟ ਕੁਐਸਚਨ ਦੇ ਆਪਾਂ ਗੱਲ ਕਰਨੇ ਆ ਸਤਵਾਂ ਕੁਐਸਚਨ ਸਤਵਾਂ ਕੁਐਸਚਨ ਕੈਗ ਦੇ ਉੱਪਰ ਆ ਜੇ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਆ ਇਸ ਆਰਟੀਕਲ ਪਤਾ ਹੋਣਾ ਚਾਹੀਦਾ ਕੈਗ ਦਾ ਆਰਟੀਕਲ ਕੈਗ ਦਾ ਆਰਟੀਕਲ ਕਿੰਨਾ ਦਾ ਜੀ ਕੈਗ ਦਾ ਆਰਟੀਕਲ ਹੈਗਾ 148 148 ਨੰਬਰ ਆਰਟੀਕਲ ਦੇ ਵਿੱਚ ਇਹਨਾਂ ਨੇ ਮੇਨਲੀ ਕੈਗ ਦੇ ਬਾਰੇ ਗੱਲ ਕੀਤੀ ਰਾਜੀ ਠੀਕ ਹੈ ਇਸ ਟਾਈਮ ਕੈਗ ਕੌਣ ਨੇ ਇਸ ਟਾਈਮ ਕੈਗ ਹੈ ਨਹੀਂ ਗ੍ਰੀਸ ਸਰ ਕੌਣ ਹੈ ਜੀ ਗ੍ਰੀਸ ਗ੍ਰੀਸ ਚੰਦਰਾ ਗਰੀਸ਼ ਚੰਦਰ ਰਾਜ ਇਸ ਟਾਈਮ ਗ੍ਰੀਸ਼ ਚੰਦਰਾਸਰ ਨੇ ਠੀਕ ਹੈ ਗ੍ਰੀਸ਼ ਚੰਦਰਾਸਰ ਨੇ ਇਸ ਟਾਈਮ ਆਪਣੇ ਕੋਲ ਕੈਗ ਕੈਗ ਮੇਨਲੀ ਕੰਮ ਕੀ ਕਰਦੇ ਨੇ ਆਡਿਟ ਦਾ ਕੰਮ ਕਰਦੇ ਨੇ ਅਕਾਊਂਟਸ ਚੈੱਕ ਕਰਦੇ ਨੇ ਠੀਕ ਹੈ ਜੋ ਪਬਲਿਕ ਅਕਾਊਂਟ ਕਮੇਟੀਆਂ ਹੁੰਦੇ ਨੇ ਜਾਂ ਸਾਰੇ ਅਕਾਊਂਟਸ ਨੂੰ ਰਿਪੋਰਟ ਤਿਆਰ ਕਰਨਾ ਚੈੱਕ ਕਰਨਾ ਚੈੱਕ ਕਰਨਾ ਦਾ ਠੀਕ ਹੈ ਮੇਨਲੀ ਇਹ ਕੰਮ ਹੁੰਦਾ ਇਹਨਾਂ ਦਾ ਤਾਂ ਸੱਤਵਾਂ ਕੁਐਸਚਨ ਦਾ ਮੇਨਲੀ ਆਨਸਰ ਕੀ ਆਵੇਗਾ ਉਹਨਾਂ ਕੀ ਗਿਆ ਵੀ ਕੈਗ ਨੂੰ ਅਪਾਇੰਟ ਕੌਣ ਕਰਦਾ ਅਪਾਇੰਟ ਕੌਣ ਕਰਦਾ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਕਿਉਂਕਿ ਪ੍ਰੈਜ਼ੀਡੈਂਟ ਦੇ ਕੋਲ ਪ੍ਰੈਜ਼ੀਡੈਂਟ ਦੀ ਐਗਜ਼ੀਕਿਊਟਿਵ ਪਾਵਰ ਕਮਿਸ਼ਨਰ ਹੋ ਗਿਆ ਇਲੈਕਸ਼ਨ ਕਮਿਸ਼ਨਰ ਹੋ ਗਿਆ ਠੀਕ ਹੈ ਇਹ ਸਾਰਿਆਂ ਨੂੰ ਅਪாயint ਕਰਦਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੇਪਾ ਗੱਲ ਕਰੀਏ ਤਾਂ ਨੈਕਸਟ ਕੁਐਸਚਨ ਕੀ ਹੈ ਹੂ ਅਮੰਗ ਦਾ ਫਾਲੋਇੰਗ ਇਜ਼ ਦਾ ਲੀਗਲ ਐਡਵਾਈਜ਼ਰ ਆਫ ਦਾ ਸਟੇਟ ਆਫ ਗਵਰਨਮੈਂਟ ਹੁਣ ਸਟੇਟ ਦੇ ਵਿੱਚ ਹੁਣ ਆਪਣੇ ਜੀ ਇੰਡੀਅਨ ਗਵਰਨਮੈਂਟ ਦੀ ਆਪਾਂ ਗੱਲ ਕਰੀਏ ਦੋ ਤਰ੍ਹਾਂ ਦੀ ਗਵਰਨਮੈਂਟ ਆਪਣੇ ਕੋਲ ਹਨਾ ਇੱਕ ਤਾਂ ਇੰਡੀਆ ਇੰਡੀਅਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਮੀਨਸ ਜੋ ਮੋਦੀ ਸਰਕਾਰ ਹਨਾ ਇੰਡੀਅਨ ਗਵਰਨਮੈਂਟ ਕੋਲ ਦੋ ਦੋ ਬੰਦੇ ਗਏ ਨੇ ਫਸਟ ਬੰਦਾ ਕੌਣ ਉਹਨਾਂ ਕੋਲ ਅਟਾਰਨੀ ਜਨਰਲ ਦੂਜਾ ਪਹਿਲਾ ਅਟਾਰਨੀ ਜਨਰਲ ਦੂਸਰਾ ਕੌਣ ਹੈ ਸੁਲਸਟੀ ਜਨਰਲ ਠੀਕ ਹੈ ਆਪਾਂ ਕਿਹੜਾ ਬੰਦਾ ਹੁੰਦਾ ਹੈ ਐਡਵੋਕੇਟ ਜਨਰਲ ਕਿ ਕੌਣ ਹੁੰਦਾ ਐਡਵੋਕੇਟ ਜਨਰਲ ਤਾਂ ਹਰ ਸਟੇਟ ਕੋਲ ਆਪਣਾ ਐਡਵੋਕੇਟ ਜਨਰਲ ਹੁੰਦਾ ਜੋ ਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਲਾਹ ਦਿੰਦਾ ਠੀਕ ਹੈ ਤਾਂ ਹਾਈ ਕੋਰਟ ਦੇ ਵਿੱਚ ਮੇਨਲੀ ਉਹਨਾਂ ਦਾ ਇੱਕ ਉਹਨਾਂ ਦਾ ਇੱਕ ਇੱਕ ਪ੍ਰਾਇਮਰੀ ਵਕੀਲ ਹੁੰਦਾ ਹੈ ਇੱਕ ਕੀ ਹੁੰਦਾ ਇਹ ਹਾਈ ਕੋਰਟ ਦੇ ਵਿੱਚ ਸਟੇਟ ਦੀ ਹਾਈ ਕੋਰਟ ਦੇ ਵਿੱਚ ਇੱਕ ਸਰਕਾਰ ਦਾ ਕਰੀਬ ਨੇ ਪ੍ਰਾਇਮਰੀ ਅ ਲਾਇਰ ਹੁੰਦਾ ਹੈ ਪ੍ਰਾਇਮਰੀ ਲਾਇਰ ਹੁੰਦਾ ਸਰਕਾਰ ਦਾ ਠੀਕ ਹੈ ਇਹ ਗੱਲ ਸੁ ਯਾਦ ਰੱਖ ਲੈਣੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਆਪਾਂ ਅੰਗਲ ਕਰੀਏ ਨੈਕਸਟ ਕੁਐਸਚਨ ਕੀ ਆਪਣੇ ਕੋਲ ਹਾਂਜੀ ਨੋਵਾਂ ਕੁਐਸਚਨ ਕੀ ਹੈ ਹੁਣ ਨੌਵੇਂ ਕੁਐਸਚਨ ਚ ਹੈ ਦਾ ਰਿਪੋਰਟਸ ਆਫ ਦਾ ਕੈਗ ਆਫ ਇੰਡੀਆ ਰਿਲੇਟਡ ਟੂ ਦਾ ਅਕਾਊਂਟਸ ਆਫ ਦਾ ਯੂਨੀਅਨ ਆਰ ਸਬਮਿਟਡ ਫਸ ਨੂੰ ਸਭ ਤੋਂ ਪਹਿਲਾਂ ਜਿਹੜਾ ਕੈਗ ਮੇਨਲੀ ਕੈਗ ਨੂੰ ਅਪਾਇੰਟ ਕੌਣ ਕਰਦਾ ਹੈ ਸਾਨੂੰ ਪਤਾ ਤਾਂ ਹੋਣਾ ਜਿਹਦਾ ਕੈਗ ਨੂੰ ਮੇਨਲੀ ਅਪਾਇੰਟ ਕੌਣ ਕਰਦਾ ਪ੍ਰੈਜ਼ੀਡੈਂਟ ਕਰਦਾ ਤਾਂ ਸਭ ਤੋਂ ਪਹਿਲਾਂ ਕੈਗ ਆਪਣੀਆਂ ਰਿਪੋਰਟਸ ਨੂੰ ਸਬਮਿਟ ਕਿੱਥੇ ਕਰਦਾ ਪਾਰਲੀਮੈਂਟ ਸਬਮਿਟ ਕਰਦਾ ਹੈ ਜਾਂ ਪ੍ਰੈਜ਼ੀਡੈਂਟ ਕੋਲ ਸਬਮਿਟ ਕਰਦਾ ਕਿਸ ਕੋਲ ਸਬਮਿਟ ਕਰੇਗਾ ਰਾਜੇ ਠੀਕ ਹੈ ਇਹ ਗੱਲ ਪੁੱਛਣ ਲਈਏ ਦੇਖਣ ਲਈ ਕਿੰਨੇ ਕੋਲ ਪ੍ਰੈਜ਼ਿਡੈਂਟ ਕਰੇਗਾ ਉਹ ਕਰੇਗਾ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਆਪਣੀ ਜੋ ਰਿਪੋਰਟ ਨੇ ਉਹ ਸਾਰੀਆਂ ਸਬਮਿਟ ਕਰਕੇ ਕਿੱਥੇ ਕਰੇਗਾ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਕਰੇਗਾ ਠੀਕ ਹੈ ਜੀ ਇਹ ਗੱਲ ਤੁਸੀਂ ਤਿਆਰ ਰੱਖਣਾ ਹੈ ਨੈਕਸਟ ਕੁਐਸਚਨ ਤੇ ਆਪਾਂ ਗੱਲ ਕਰਦੇ ਆ ਨੈਕਸਟ ਕੁਐਸਚਨ ਕੀ ਹੈ राजे ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਇਜ਼ ਕੈਗ ਕੰਟਰੋਲਰ ਐਂਡ ਆਡੀਟਰ ਜਨਰਲ ਆ ਆਫ ਇੰਡੀਆ ਅਪੁਆਇੰਟਡ ਹੁਣ ਆਰਟੀਕਲ ਦੀ ਗੱਲ ਕਰੀਏ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਦੋਂ ਕੈਗ ਸਟਾਰਟ ਕੀਤਾ ਸਭ ਤੋਂ ਪਹਿਲਾਂ ਕੰਪਟਰੋਲਰ ਐਂਡ ਆਡੀਟਰ ਜਨਰਲ ਸਟਾਰਟ ਕੀਤਾ ਸੀਗਾ ਠੀਕ ਹੈ ਤਾਂ ਉਹਨਾਂ ਨਾਮ ਦੱਸਿਆ ਸੀ ਗਰੀਸ਼ ਚੰਦਰਾ ਸਰ ਨੇ ਠੀਕ ਹੈ ਉਹਨੇ ਤਾਂ ਮੇਨਲੀ ਕਿਸ ਆਰਟੀਕਲ ਚਾਹੁੰਦੇ ਨੇ 148 ਆਰਟੀਕਲ ਚਾਹੁੰਦੇ ਨੇ ਰਾਜੇ ਕਿਸ ਆਰਟੀਕਲ 148 ਆਰਟੀਕਲ ਆਉਂਦੇ ਨੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਚਲੋ ਇਹ ਆਪਣੇ ਕੋਲ 10 ਕੁਐਸਚਨ ਇੰਡੀਅਨ ਪੋਲਿਟੀ ਦੇ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਇਸ ਤੋਂ ਇਲਾਵਾ 10 ਕੁਸ਼ਚਨ ਕਰਾਂਗੇ ਤੁਸੀਂ ਕਿਤੇ ਜਾਣਾ ਨਹੀਂ ਠੀਕ ਹੈ ਇਸ ਤੋਂ ਇਲਾਵਾ ਜੋ ਬੱਚੇ पीसीएस ਦੀ ਤਿਆਰੀ ਕਰ ਰਹੇ ਨੇ ਜੋ ਬੱਚੇ ਸਪੈਸ਼ਲੀ ਤੌਰ ਤੇ पीसीएस ਨੂੰ ਫੋਕਸ ਕਰਨਾ ਚਾਹੁੰਦੇ ਨੇ ਠੀਕ ਹੈ ਇੰਗਲਿਸ਼ ਐਂਡ ਪੰਜਾਬੀ ਮੀਡੀਅਮ ਭਾਵੇਂ ਤੁਸੀਂ ਪੰਜਾਬੀ ਭਾਸ਼ਾ ਚ ਕਰੋ ਰਾਜੇ ਭਾਵੇਂ ਤੁਸੀਂ ਇੰਗਲਿਸ਼ ਲੈਂਗੁਏਜ ਕਰੋ ਅਵੇਲੇਬਲ ਨੇ ਦੋਨੋਂ ਕੋਰਸ ਰਾਜੇ ਸਮਾਰਟ ਕੋਰਸ ਨੇ ਆਨਲਾਈਨ ਕੋਰਸ ਨੇ ਇਹ ਤੁਸੀਂ ਸਾਡੀ ਐਪ ਤੋਂ ਜਾ ਕੇ ਕਰ ਸਕਦੇ ਕਰ ਸਕਦੇ ਹੋ ਬਾਕੀ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਠੀਕ ਹੈ 78141096 ਤੁਸੀਂ ਕਾਲ ਕਰ ਸਕਦੇ ਹੋ ਜਦੇ ਵਧੇਰੇ ਜਾਣਕਾਰੀ ਜੋ ਵੀ ਇਨਫੋਰਮੇਸ਼ਨ ਹੈ ਉਹ ਤੁਸੀਂ ਲੈ ਸਕਦੇ ਹੋ ਵੀਡੀਓ ਕਲਾਸਸ ਹੋਣਗੀਆਂ ਡਾਊਟ ਕਲਾਸਸ ਹੋਣਗੀਆਂ ਡਾਊਨਲੋਡਡ ਸਟਡੀ ਮਟੀਰੀਅਲ ਹੋਵੇਗਾ ਟੈਸਟਸ ਵੀ ਹੋਣਗੇ ਸਪੈਸ਼ਲੀ ਫॉर ਇੰਡੀਆ ਆਪਣਾ ਪੰਜਾਬ ਪੀਸੀਐਸ ਪੰਜਾਬ ਪੀਸੀਐਸ ਜੋ ਸਰਕਾਰ ਬਣੇਗੀ ਉਸ ਤੋਂ ਬਾਅਦ ਪੰਜਾਬ ਪੀਸੀਐਸ ਦੇ ਵਿਕੈਂਸੀਸ ਬਹੁਤ ਜਲਦੀ ਆ ਰਹੀਆਂ ਹਨ ਠੀਕ ਹੈ ਨਾ ਜੀ ਚਲੋ ਨੈਕਸਟ ਕੁਸਚਨ ਤੇ ਅੱਪ ਗੱਲ ਕਰਦੇ ਹਾਂ ਨੈਕਸਟ ਕੁਸਚਨ ਕੀ ਹੈ ਜੀ ਕੈਗ ਹੁੰਦਾ ਹੈ ਕੈਗ ਦਾ ਟਿਨਿਓਰ ਕਿੰਨਾ ਹੁੰਦਾ ਹੁਣ ਟਿਨਿਓਰ ਦੀ ਟੈਂਯੂਰ ਕਿੰਨਾ ਹੋਵੇਗਾ 6 ਸਾਲ ਜਾਂ ਸੀ ਲਗਾ ਲਓ 65 ਸਾਲ ਉਮਰ ਤੱਕ 65 ਸਾਲ ਉਮਰ ਤੱਕ ਕੋ 65 ایਜ ਤੱਕ ਕੋ ਆਪਣਾ ਕੰਮ ਕਰ ਸਕਦੇ ਠੀਕ ਹੈ ਚਲੋ ਨੈਕਸਟ ਕੁਸਚਨ ਦੀ ਗੱਲ ਕਰੀਏ ਤਾਂ ਆਫਿਸ ਆਫ ਦਾ ਕੈਕ ਆਫਿਸ ਆਫ ਦਾ ਕੈਕ ਆਫ ਇੰਡੀਆ ਵਾਸ ਕ੍ਰੀਏਟਡ ਹੁਣ ਕ੍ਰੀਏਟ ਕਿਨੇ ਕੀਤਾ ਸੀਗਾ ਸੌਰੀ ਹਾਂਜੀ ਕਰੀਏਟ ਕਿਸ ਨੇ ਕੀਤਾ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਕਰੀਏਟ ਕੀਤਾ ਸੀ ਬਾਈ ਦਾ ਕਨਸਟੀਟਿਊਸ਼ਨ ਸਵਦਾਦ ਦੇ ਅਕੋਰਡਿੰਗ ਕਰੀਏਟ ਹੋਇਆ ਕਿਉਂਕਿ ਸੰਵਿਧਾਨ ਦੇ ਆਰਟੀਕਲ ਨੰਬਰ 148 ਦੇ ਵਿੱਚ CAG ਦੀ ਪੋਸਟ ਦਾ ਜ਼ਿਕਰ ਕੀਤਾ ਗਿਆ ਠੀਕ ਹੈ CAG ਦੀ ਪੋਸਟ ਜ਼ਿਕਰ ਕੀਤਾ ਗਿਆ 14 ਦੇ 148 ਦੇ ਵਿੱਚ ਤਾਂ ਕਰਕੇ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਤੋਂ ਹੀ ਬਣਿਆ ਰਜੇ ਠੀਕ ਹੈ ਚਲੋ ਨੈਕਸਟ ਕੁਐਸਚਨ ਤੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਕੀ ਹੈ which of the following is not true about the cac ਹੁਣ ਕਿਹੜਾ ਟ੍ਰੂ ਨਹੀਂ ਹੈਗਾ ਇਹ ਵੀ ਤੁਸੀਂ ਦੇਖਣਾ ਕਿਹੜਾ ਟ੍ਰੂ ਨਹੀਂ ਹੈਗਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਕਿਹੜਾ ਟ੍ਰੂ ਨਹੀਂ ਹੈਗਾ ਹੁਣ ਟ੍ਰੂ ਦੀ ਆਪਾਂ ਗੱਲ ਕਰੀਏ ਟ੍ਰੂ ਦੀ ਗੱਲ ਕਰੀਏ ਕਿਹੜਾ ਨਹੀਂ ਟ੍ਰੂ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਟ੍ਰੂ ਦੀ ਗੱਲ ਕਰ ਕਰਦੇ ਹਾਂ ਹੀ ਇਜ਼ ਅਪੋਇੰਟਡ ਬਾਈ ਦਾ ਪ੍ਰੈਜ਼ੀਡੈਂਟ ਬਿਲਕੁਲ ਸਹੀ ਇੱਕ ਤਰ੍ਹਾਂ true ਹੈਗਾ ਵੀ ਪ੍ਰੈਜ਼ੀਡੈਂਟ ਪੁਆਇੰਟ ਕਰਦਾ ਹੈ ਨਾ ਹੀ ਸੈਲਰੀ ਇਸ ਇਕੁਅਲ ਟੂ ਦਾ ਜਜ ਆਫ ਦਾ ਸੁਪਰੀਮ ਕੋਰਟ ਬਿਲਕੁਲ ਸਹੀ ਜੀ ਸੁਪਰੀਮ ਕੋਰਟ ਦੇ ਜਜ ਦੇ ਇਕੁਅਲ ਸੈਲਰੀ ਹੁੰਦੀ ਹੈ ਇਹ ਵੀ ਆਪ ਨੂੰ ਪਤਾ ਹੈ ਬਿਲਕੁਲ ਸਹੀ ਹੈ ਠੀਕ ਹੈ ਸੌਰੀ ਅੱਗੇ ਚੱਲਾਂ ਹਾਂ ਹਾਂ ਜੀ ਹੁਣ ਅੱਗੇ ਕੀ ਹੀ ਇਸ ਦਾ ਡਿਸਕਵালিਫਾਈ ਫਾਰ ਐਨੀ ਫਰਦਰ ਗਵਰਨਮੈਂਟ ਆਫਿਸ ਆਫਟਰ ਆਫਟਰ ਰਿਟਾਇਰਮੈਂਟ ਹੀ ਮੀਨਸ ਹੀ ਡਿਸਕਵালিਫਾਈ ਹੋ ਜਾਂਦਾ ਹੈ ਕਿਸੇ ਵੀ ਫਰਦਰ ਗਵਰਨਮੈਂਟ ਆਫਿਸ ਵਾਸਤੇ ਯੂ ਰਿਟਾਇਰਮੈਂਟ ਤੋਂ ਬਾਅਦ ਕਿਤੇ ਹੋਰ ਕੰਮ ਨਹੀਂ ਕਰ ਸਕਦਾ ਇਹ ਵੀ ਬਿਲਕੁਲ ਸਹੀ ਹੈ ਅੱਗੇ ਕੀ ਹੈ ਹੀ ਕੈਨ ਬੀ ਰਿਮੂਵਡ ਬਾਏ ਦਾ ਪ੍ਰੈ ਸਿੱਧਾ ਪ੍ਰੈਜ਼ੀਡੈਂਟ ਰਿਮੂਵ ਨਹੀਂ ਕਰੇਗਾ ਇਹ ਤਾਂ ਆਪ ਨੂੰ ਪਤਾ ਹੈ ਕਿਉਂਕਿ ਜਿੰਨਾ ਚਿਰ ਲੋਕ ਸਭਾ ਤੇ ਰਾਜ ਸਭਾ ਇੱਕ ਕਹਿ ਦੋ ਵੀ ਇੱਕ ਬਿੱਲ ਪਾਸ ਨਹੀਂ ਕਰਦੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਰਿਮੂਵ ਕਰ ਸਕਦਾ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਰਿਮੂਵ ਕਰ ਸਕਦਾ ਠੀਕ ਹੈ ਪਹਿਲਾਂ ਪ੍ਰੈਜ਼ੀਡੈਂਟ ਰਿਮੂਵ ਨਹੀਂ ਕਰੇਗਾ ਇਹ ਆਪਸ਼ਨ ਆਪਣੇ ਇਥੇ ਗਲਤ ਬੰਦ ਦੀ ਹੈਗੀ ਹੈ ਮੀਨਸ ਆਪਣੇ ਕੋਲ ਆਪਸ਼ਨ ਬੰਦਾ ਹੈਗਾ ਡੀ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੇ ਬਾਰੇ ਗੱਲ ਕਰਦੇ ਹਾਂ 14ਵਾਂ ਕੁਐਸਚਨ 14ਵੇਂ ਕੁਐਸਚਨ 'ਚ ਕੀ ਆਪਣੇ ਕੋਲ ਪਬਲਿਕ ਅਕਾਊਂਟਸ ਕਮੇਟੀ ਬਾਰੇ ਜਕਰ ਕੀਤਾ ਗਿਆ ਹੈ ਉਹਨਾਂ ਕੀ ਕੀ ਗਿਆ ਹੂ ਅਮੰਗ ਦਾ ਫਾਲੋ ਆਫ ਦਾ ਪਬਲਿਕ ਅਕਾਊਂਟਸ ਕਮੇਟੀ ਆਫ ਦਾ ਪਾਰਲੀਮੈਂਟ ਹੁਣ ਪਬਲਿਕ ਅਕਾਊਂਟਸ ਕਮੇਟੀ ਕੀ ਹੁੰਦੀ ਲੇਖਾ ਜੋਖਾ ਕਮੇਟੀ ਹੁੰਦੀ ਲੋਕ ਲੇਖਾ ਜੋਖਾ ਕਮੇਟੀ ਹੁੰਦੀ ਠੀਕ ਹੈ ਜੋ ਪਬਲਿਕ ਅਕਾਊਂਟ ਕਮੇਟੀ ਜੋ ਪਬਲਿਕ ਅਕਾਊਂਟ ਕਮੇਟੀ ਹੈਗੀ ਰਾਜੇ ਸਭ ਤੋਂ ਪਹਿਲਾਂ ਇਹਦੇ ਬਾਰੇ ਸੁਣ ਲਓ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਦੋਂ ਬਣੀ ਸੀ 1921 ਚ ਬਣੀ ਸੀ ਕਦੋਂ ਬਣੀ ਸੀ 1921 ਤੋਂ ਚੱਲਦੀ ਆ ਰਹੀ ਠੀਕ ਹੈ ਇਸ ਦੇ ਵਿੱਚ 22 ਮੈਂਬਰ ਹੁੰਦੇ ਨੇ ਕਿੰਨੇ ਮੈਂਬਰ ਹੁੰਦੇ ਨੇ ਅਜੇ 22 ਮੈਂਬਰਸ ਹੁੰਦੇ ਨੇ ਇਸ ਦੇ ਵਿੱਚ 22 ਮੈਂਬਰਸ ਨੂੰ ਕਿਵੇਂ ਕਿਵੇਂ ਵੰਡਿਆ ਗਿਆ ਇਹਨਾਂ ਨੇ 15 ਮੈਂਬਰ ਲੈ ਜਾਂਦੇ ਨੇ ਲੋਕ ਸਭਾ ਚੋਂ 15 ਮੈਂਬਰ ਲੋਕ ਸਭਾ ਹੀ ਲੈ ਜਾਂਦੇ ਨੇ ਠੀਕ ਹੈ ਲੋਕ ਸਭਾ ਚ ਲੈ ਜਾਂਦੇ ਨੇ ਤੇ 7 ਮੈਂਬਰ ਇਹਨਾਂ ਲੈ ਜਾਂਦੇ ਨੇ ਰਾਜ ਸਭਾ 7 ਮੈਂਬਰ ਇਹਨਾਂ ਰਾਜ ਸਭਾ ਚ ਲੈ ਜਾਂਦੇ ਨੇ 1921 ਚ ਬਣੀ ਸੀ ਇਹ ਵਿੱ लेखा जोखा ਕਮੇਟੀ ਠੀਕ ਹੈ ਤਾਂ ਇਸ ਕਹਿ ਦੋ ਵੀ ਇਸ ਹੂ ਅਮੰਗ ਦਾ ਇਹ ਇਹਨੇ ਕੀ ਪੁੱਛਿਆ ਸੀ ਅਟੈਂਡ ਦਾ ਮੀਟਿੰਗਸ ਮੀਟਿੰਗਸ ਕੌਣ ਅਟੈਂਡ ਕਰੇਗਾ ਮੀਟਿੰਗਸ ਕੌਣ ਕਰੇਗਾ ਕੈਗ ਕਰੇਗਾ ਲੇਖਾ ਜੋਗਾ ਕਮੇਟੀ ਦੀ ਮੀਟਿੰਗਸ ਨੂੰ ਕੌਣ ਅਟੈਂਡ ਕਰੇਗਾ ਕੈਗ ਕਰੇਗਾ ਕੈਗ ਕਿ ਕੈਗ ਜੋ ਕਾਫੀ ਇੰਪੋਰਟੈਂਟ ਕੁਐਸਚਨ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੇਪਰ ਗੱਲ ਕਰਦੇ ਹਾਂ ਤਾਂ ਨੈਕਸਟ ਕੁਐਸਚਨ ਕੀ ਇਹਦੇ ਵਿੱਚ ਅ ਦਾ ਅਲਟੀਮੇਟ ਰਿਸਪੌਂਸਿਬਿਲਟੀ ਅਲਟੀਮੇਟ ਰਿਸਪੌਂਸਿਬਿਲਟੀ ਆਫ ਟੇਕਿੰਗ ਡਿਊ ਐਕਸ਼ਨਸ ਔਨ ਦਾ ਕਮੈਂਟਸ ਆਫ ਦਾ ਕਮੈਂਟਸ ਆਫ ਦਾ ਕੰਪਟਰਲਰ ਕੰਪ ਟਰੋਲਰ ਐਂਡ ਆਡੀਟਰ ਜਨਰਲ ਵੀਸਟ ਵਿਦ ਮੀਨਸ ਕਹਿਣਾ ਮਤਲਬ ਹੈਗਾ ਵੀ ਕੈਗ ਦੀਆਂ ਟਿੱਪਣੀਆਂ ਤੇ ਉਚਿਤ ਕਾਰਵਾਈ ਕੈਗ ਦੇ ਜੋ ਕਮੈਂਟਸ ਹੁੰਦੇ ਨੇ ਉਹਨਾਂ ਦੀ ਉਚਿਤ ਕਾਰਵਾਈ ਕਰਨ ਦਾ ਅਧਿਕਾਰ ਕਿਸ ਦੇ ਕੋਲੇ ਉਚਿਤ ਕਾਰਵਾਈ ਪਾਰਲੀਮੈਂਟ ਕੋਲ ਦੇ ਕੋਲ ਹੈ ਕਿਉਂਕਿ ਪਾਰਲੀਮੈਂਟ ਇੱਕ ਮਤਾ ਲੈ ਕੇ ਆਵੇਗੀ ਪਾਰਲੀਮੈਂਟ ਮਤਾ ਲੈ ਕੇ ਆਵੇਗੀ ਲੋਕ ਸਭਾ ਰਾਜ ਸਭਾ ਇੱਕ ਮਤਾ ਲੈ ਕੇ ਆਵੇਗਾ ਠੀਕ ਹੈ ਫਿਰ ਪ੍ਰੈਜ਼ੀਡੈਂਟਸ ਨੂੰ ਰਿਮੂਵ ਕਰ ਸਕਦਾ ਸਿੱਧਾ ਨਹੀਂ ਕਰ ਸਕਦਾ ਤਾਂ ਕਰਕੇ ਕਮੈਂਟਸ ਤੇ ਟਿੱਪਣੀ ਕਰਨ ਦੀ ਅਧਿਕਾਰ ਕਿਹਦੇ ਕੋਲੇ ਲੋਕ ਸਭਾ ਆਪਣੇ ਕੋਲ ਪਾਰਲੀਮੈਂਟ ਦੇ ਕੋਲੇ ਠੀਕ ਹੈ ਤਾਂ ਜੀ ਚਲੋ ਨੈਕਸਟ ਕੁਐਸਚਨ ਦੇ ਬਗਲ ਕਰਦੇ ਆ ਕੈਗ ਦੇ ਬਾਰੇ ਇਹ ਹੁਣ ਕੀ ਕਿਹਾ ਦਾ ਕੰਪਿਊਟਰ ਕੰਟਰੋਲਰ ਐਂਡ ਆਡੀਟਰ ਜਨਰਲ ਇਜ਼ ਅਪੋਇੰਟਡ ਬਾਈ ਦਾ ਪ੍ਰੈਜ਼ੀਡੈਂਟ ਹੁਣ ਪ੍ਰੈਜ਼ੀਡੈਂਟ ਅਪੋਇੰਟ ਪ੍ਰੈਜ਼ੀਡੈਂਟ ਕਰਦਾ ਬਟ ਰਿਮੂਵ ਕੌਣ ਕਰੇਗਾ ਰਿਮੂਵ ਕੌਣ ਕਰੇਗਾ ਇਹ ਮੇਨਲੀ ਕੁਐਸਚਨ ਹੈ ਰਿਮੂਵ ਕੌਣ ਕਰੇਗਾ ਬੀ ਆਪਸ਼ਨ ਮੰਨਦਾ ਫਿਰ ਔਨ ਦਾ ਐਡਰੈਸ ਬੋਥ ਹਾਊਸਸ ਆਫ ਦਾ ਪਾਰਲੀਮੈਂਟ ਵੀ ਦੋਨੋ ਹਾਊਸ ਦੇ ਵਿੱਚ ਐਡਰੈਸ ਹੋਵੇਗਾ ਮੀਨਸ ਉੱਥੇ ਬਿਲ ਬਣੇਗਾ ਸਭ ਕੁਝ ਹੋਵੇਗਾ ਫਿਰ ਉੱਥੋਂ ਅਪਰੂਵ ਹੋਫ ਉੱਥੋਂ ਕੀ ਹੋਵੇਗਾ ਉੱਥੋਂ ਇਸ ਨੂੰ ਹਟਾਇਆ ਜਾਵੇਗਾ ਠੀਕੋ ਬਿਲ ਪਾਸ ਕੀਤਾ ਕਰਨਗੇ ਤਾਂ ਨੈਕਸਟ ਕੁਐਸਚਨ 17ਵੇਂ ਕੁਐਸਚਨ ਦੀ ਗੱਲ ਕਰੀਏ ਆਪਾਂ ਤਾਂ 17ਵੇਂ ਕੁਐਸਚਨ ਕੀ ਹੈਗਾ 17ਵੇਂ ਕੁਐਸਚਨ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਦਾ ਆ 17ਵੇਂ ਕੁਐਸਚਨ ਕੀ ਹੈਗਾ the amendment of cag duties cag duties near power and conditions of service sunsikathar separate accounts for audit and leave the cag of his responsibility in the matters of the preparing of the account ਨਹੀਂ ਹੁਣ ਹੁਣ ਇਹਨਾਂ ਨੇ ਕੀ ਕਿਹਾ ਵੀ 1971 ਦੇ ਵਿੱਚ ਕੀ ਹੋਇਆ ਸੀਗਾ ਵੀ ਕੈਗ ਦੀਆਂ ਡਿਊਟੀਆਂ ਨੂੰ ਵੰਡਿਆ ਗਿਆ ਸੀਗਾ ਠੀਕ ਹੈ ਤਾਂ ਉਸ ਨੂੰ ਇੱਕ ਅਕਾਊਂਟਸ ਪ੍ਰਿਪੇਅਰ ਕਰਨ ਦੀ ਜੋ ਰਿਸਪੌਂਸਿਬਿਲਟੀ ਸੀ ਉਸ ਤੋਂ ਰਿਲੀਵ ਕੀਤਾ ਗਿਆ ਠੀਕ ਹੈ ਤਾਂ ਇਹ ਜੋ ਅਮੈਂਡਮੈਂਟ ਹੋਈ ਸੀ ਕਿਸ ਸਾਲ ਵਿੱਚ ਅਮੈਂਡਮੈਂਟ ਹੋਈ ਸੀ ਇਹ ਕਦੋਂ ਅਮੈਂਡਮੈਂਟ ਹੋਈ ਸੀ ਰਾਜੀ ਇਹ ਅਮੈਂਡਮੈਂਟ ਹੋਈ ਸੀਗੀ ਆਪਣੇ ਕੋਲ 1976 ਦੇ ਵਿੱਚ 1976 ਦੇ ਵਿੱਚ ਅਮੈਂਡਮੈਂਟ ਹੋਈ ਸੀ 42 ਵਿਸ਼ੋਧ 1976 42 ਵਿਸ਼ੋਧ 42 ਅਮੈਂਡਮੈਂਟ 1976 ਦੇ ਵਿੱਚ ਇਹਨਾਂ ਨੇ ਅਮੈਂਡ ਕੀਤਾ ਸੀ ਰਾਜੀ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ 18ਵਾਂ ਕੁਐਸਚਨ ਕੀ ਹੈ ਵਿਚ ਆਫ द ਫੋਲੋਇੰਗ ਆਪਸ਼ਨ ਇਜ਼ ਨਾਟ ਕਰੈਕਟ ਹੁਣ ਕਿਹੜੀ ਆਪਸ਼ਨ ਕਰੈਕਟ ਨਹੀਂ ਹੈਗੀ ਕਿੰਦੇ ਰਿਲੇਟਡ ਕਰੈਕਟ ਨਹੀਂ ਹੈਗੀ ਪਬਲਿਕ ਫਾਈਨੈਂਸ ਸਟਡੀ ਫਾਈਨੈਂਸ਼ੀਅਲ ਐਕਟੀਵਿਟੀਆਂ ਆਫ ਦਾ ਗਵਰਨਮੈਂਟ ਹੁਣ ਫਾਈਨੈਂਸ਼ੀਅਲ ਐਕਟੀਵਿਟੀਆਂ ਨੂੰ ਕੌਣ ਸਟਡੀ ਨਹੀਂ ਕਰ ਸਕਦਾ ਜਾਂ ਕਿੰਦੇ ਰਿਲੇਟਡ ਕੁਐਸਚਨ ਹੈਗਾ ਜੀ 18ਵਾਂ ਕੁਐਸਚਨ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਹੈਗਾ ਐਨਲਾਈਜ਼ ਦਾ ਪਬਲਿਕ ਐਕਸਪੈਂਡੀਚ ਪਬਲਿਕ ਐਕਸਪੈਂਡੀਚਰ ਆਪਾਂ ਐਨਲਾਈਜ਼ ਕਰਾਂਗੇ ਠੀਕ ਹੈ ਪਬਲਿਕ ਰੈਵਨਿਊ ਐਕ ਨੂੰ ਗਿਨਾਗੇ ਗਣਾਂਗੇ ਐਕਟੀਵਿਟੀਜ਼ ਨੂੰ ਫਾਈਨਾਂਸ ਐਡਮਿਨਿਸਟ੍ਰੇਸ਼ਨ ਨੂੰ ਵੀ ਗਿਣਾਂਗੇ ਨਾ ਹੁਣ ਫੰਕਸ਼ਨਿੰਗ ਆਫ ਦਾ ਕਮਰਸ਼ੀਅਲ ਬੈਂਕ ਕਮਰਸ਼ੀਅਲ ਬੈਂਕ ਦਾ ਲੈਣਾ ਦੇਣਾ ਕੋਈ ਨਹੀਂ ਹੈ ਕਿਉਂਕਿ ਕਮਰਸ਼ੀਅਲ ਬੈਂਕ ਨੇ ਆਪਣਾ ਅਲੱਗ ਕੰਮ ਕਰਨਾ ਹੈ ਉਸ ਦਾ ਅਲੱਗ ਸਟ੍ਰਕਚਰ ਹੈ ਅਲੱਗ ਕੰਮ ਕਰਨ ਦਾ ਵੇਅ ਹੈ ਬਟ ਅਗਰ ਆਪਾਂ ਪਬਲਿਕ ਫਾਈਨਾਂਸ ਸਟੱਡੀਜ਼ ਨੂੰ ਗੱਲ ਕਰਾਂਗੇ ਤਾਂ ਪਬਲਿਕ ਦਾ ਐਕਸਪੈਂਡੀਚਰ ਆਪਾਂ ਗੱਲ ਕਰਾਂਗੇ ਪਬਲਿਕ ਦੀ ਰੈਵਨਿਊ ਦੀ ਗੱਲ ਕਰਾਂਗੇ ਠੀਕ ਹੈ ਤੇ ਫਾਈਨਾਂਸ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਾਂਗੇ ਇਸ ਬਾਰੇ ਆਪਾਂ ਕੁਐਸਚਨ ਤੇ ਗੱਲ ਕਰਾਂਗੇ ਠੀ CAG uh, of India Act ਹੈ ਹੁਣ CAG ਕੀ ਕੰਮ ਕਰਦਾ ਹੈ CAG ਕੀ ਕੰਮ ਕਰਦਾ ਹੈ ਉਹਨੂੰ ਉਹਨਵੇਂ ਕੁਐਸਚਨ ਦਾ ਕਾਫੀ ਮੇਨ ਕੁਐਸਚਨ ਹੈਗਾ ਠੀਕ ਹੈ ਕਿਹਨ ਦਾ ਪਬਲਿਕ ਫਾਈਨਾਂਸ ਦਾ ਮੇਨ ਹੈਡ ਹੁੰਦਾ ਹੈ ਠੀਕ ਹੈ ਪਬਲਿਕ ਫਾਈਨਾਂਸ ਦਾ ਮੇਨ ਹੈਡ ਹੁੰਦਾ ਹੈ ਤਾਂ ਕਰਕੇ ਪਬਲਿਕ ਫਾਈਨਾਂਸ ਰਿਲੇਟਡ ਜੋ ਵੀ ਕੰਮ ਹੁੰਦੇ ਨੇ ਉਹ ਕੈਗ ਦੇ ਥਰੂ ਹੀ ਕੀਤੇ ਜਾਂਦੇ ਨੇ ਕੈਗ ਦੇ ਫੰਕਸ਼ਨ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਤਾਂ ਤੁਸੀਂ ਧਿਆਨ ਚ ਰੱਖਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ 20th ਕੁਐਸਚਨ ਇਜ਼ ਦਾ ਲਾਸਟ ਕੁਐਸਚਨ ਮੋਸਟ ਇੰਪੋਰਟੈਂਟ ਕੁਐਸਚਨ ਆਫ ਦਾ ਥਿਸ ਸੈਸ਼ਨ ਠੀਕ ਹੈ ਇਸ ਵਿੱਚ ਕਥਤ ਆਪਾਂ ਸਟੇਟਮੈਂਟ ਦੇਖਣੀ ਹੈ ਸਟੇਟਮੈਂਟ ਚ ਆਪਾਂ ਕੀ ਤਰ੍ਹਾਂ கரੈਕਟ ਆਨਸਰ ਦੇਖਣਾ ਹੈ கரੈਕਟ ਆਨਸਰ ਚ ਕੀ ਹੈਗਾ ਦ ਐਡਵੋਕੇਟ ਜਨਰਲ ਆਫ ਦਾ ਸਟੇਟ ਇਜ਼ इन इंडिया इज अपंटेड बाय द प्रेजिडेंट ऑफ इंडिया अपॉन द रिकमेंडे गवर्नर ऑफ द जो स्टेट होंगी जो अपनी कंसर्न स्टेट के अकॉर्डिंग ही रिकमेंडे अकॉर्डिंग ही प्रेजिडेंट अपंट करता है बट इतने एडवोकेट ਐਡਵੋਕੇਟ ਜਨਰਲ ਨੂੰ ਸਟੇਟ ਦੇ ਨੂੰ ਪ੍ਰੈਜ਼ੀਡੈਂਟ ਅਪੁਆਇੰਟ ਨਹੀਂ ਕਰਦਾ ਠੀਕ ਹੈ ਨਾ ਜੀ ਇਹ ਗੱਲ ਯਾਦ ਰੱਖਣੀ ਨਹੀਂ ਗਵਰਨਰ ਅਪੁਆਇੰਟ ਕਰਦਾ ਠੀਕ ਹੈ ਨਾ ਜੀ ਤਾਂ ਅੱਗੇ ਕੀ ਹੈਗਾ ਅਗਲਾ ਕੀ ਹੈਗਾ ਐਜ਼ ਪ੍ਰੋਵਾਈਡਡ ਇਨ ਦਾ ਸਿਵਲ ਪ੍ਰੋਸੀਜਰ ਕੋਰਟ ਹਾਈ ਕੋਰਟਸ ਹੈਵ originally ਐਪਲੀਏਟ ਐਂਡ ਐਡਵਾਈਸ ਜੁਡੀਸ਼ੀਅਲ ਆਫ ਦਾ ਸਟੇਟ ਲੈਵਲ ਹੁਣ ਸਟੇਟ ਲੈਵਲ ਦੇ ਅਕੋਰਡਿੰਗ ਥੋੜਾ ਕਰਨਗੇ ਸੁਪਰੀਮ ਕੋਰਟ ਸੁਪਰੀਮ ਕੋਰਟ ਕੋਲ ਵੀ ਜਾ ਸਕਦੇ ਨੇ ਠੀਕ ਹੈ ਦੋਨੋਂ ਨੈਦਰ ਵਨ ਨੋਰ 1 ਨੋਰ 2 ਤਾਂ ਦੋਨੋਂ ਕਥਨ ਜਿਹੜੇ ਸਹੀ ਨਹੀਂ ਹੈਗੇ ਤਾਂ ਇਹ ਵੀ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤਾਂ ਤੁਸੀਂ ਧਿਆਨ ਚ ਰੱਖਣੇ ਨੇ ਸਾਰੇ ਕੁਐਸਚਨ ਇਹਨਾਂ ਦੇ ਆਨਸਰ ਪਿੱਛੇ ਦਿੱਤੇ ਹੋਏ ਨੇ ਠੀਕ ਹੈ ਰਾਜੇ ਚਲੋ ਬਾਕੀ ਆਪਾਂ ਨੈਕਸਟ ਕਲਾਸ ਵਿੱਚ ਕੰਨ ਨੂੰ ਮਿਲਾਂਗੇ ਬਾਕੀ ਜੋ ਵੀ ਬੱਚੇ ਪੀਸਸ ਤਿਆਰੀ ਕਰਨਾ ਚਾਹੁੰਦੇ ਨੇ ਉਹ ਬੀਐਚਸੀ 'ਚ ਫੋਨ ਕਰ ਸਕਦੇ ਨੇ ਠੀਕ ਹੈ ਮੈਸੇਜ ਕਰ ਸਕਦੇ ਨੇ ਬਾਕੀ ਆਪਣਾ ਈਮੇਲ ਕਰ ਸਕਦੇ ਨੇ ਸਭ ਕੁਝ ਦਿੱਤਾ ਹੈ ਠੀਕ ਹੈ ਰਾਜੇ ਓਕੇ ਥੈਂਕ ਯੂ ਬੈਸਟ ਆਫ ਲੱਕ